ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਇੱਕ ਨਵੀਂ ਜਰਨੀ 'ਤੇ ਚੱਲੇ ਹਾਂ, ਬੜੇ ਖੁਸ਼ ਕਿਸਮਤ ਆ ਪਹਿਲੀ ਗੱਲ ਤਾਂ, ਹੈ ਨਾ, ਕਿ ਇੱਦਾਂ ਘੁੰਮ ਫਿਰ ਲਈਦਾ। ਤਾਂ ਬੜੇ ਜਾਣਿਆਂ ਦਾ ਸਵਾਲ ਹੁੰਦਾ ਕਿ ਇੰਨਾ ਘੁੰਮ ਫਿਰ ਕਿੱਦਾਂ ਲੈਂਦਾ, ਇੰਨੇ ਪੈਸੇ ਕਿੱਥੋਂ ਆਉਂਦੇ ਆ। ਇਹਦਾ ਵੀ ਮੈਂ ਕਿਸੇ ਵੀਡੀਓ ਦੇ ਵਿੱਚ ਜਵਾਬ ਦੇ ਦਾਂਗਾ ਕਿ ਕੋਈ ਆਪਾਂ ਨੂੰ ਕੋਈ ਲੋਟਰੀ ਨਹੀਂ ਲੱਗੀ, ਕੋਈ ਖਜ਼ਾਨਾ ਨਹੀਂ ਲੱਭਾ, ਜਸਟ ਸੋਚ ਲਿਆ, ਹੈ ਨਾ, ਕੁਝ ਕੁ ਚੀਜ਼ਾਂ ਆਪਣੀਆਂ ਸੈੱਟ ਜੀਆਂ ਕਰ ਲਈਆਂ ਕਿ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਅਚੀਵ ਕਰਨਾ, ਕਿੰਨਾ ਕੁ ਜੋੜਨਾ ਵਾ, ਅਤੇ ਕਿੰਨੀ ਕੁ ਨੀਡ ਆ ਉਹਦੇ ਹਿਸਾਬ ਨਾਲ। ਅਤੇ ਇੱਕ ਥੈਂਕਸ ਟੂ ਕੈਨੇਡਾ, ਥੈਂਕਸ ਕੈਨੇਡਾ। ਆਹ ਸ਼ਾਇਦ ਮੈਂ ਆਪਣੀ ਫੈਮਿਲੀ ਦੇ ਨਾਲ ਚੱਲਿਆ, ਮੈਂ ਪਹਿਲੀ ਵਾਰੀ ਜਾਣਾ ਵੀ ਉਹਦੇ ਹਿੱਸੇ ਦੇ ਵਿੱਚ ਆ। ਸਪੇਨ ਦਾ ਬਹੁਤ ਘੱਟ ਟੂਰਿਸਟ ਉੱਧਰ ਜਾਂਦੇ ਆ, ਕਿਉਂਕਿ ਜਿਹੜਾ ਜਿੰਨੇ ਵੀ ਟੂਰਿਸਟ ਆ ਦੁਨੀਆ ਦੇ, ਉਹ ਮੋਸਟਲੀ ਸਪੇਨ ਨੂੰ ਉਹਨਾਂ ਨੇ ਇਹ ਹੀ ਕਿ ਬੀਚ ਆ ਸਪੇਨ ਦੇ ਮਸ਼ਹੂਰ, ਹੈ ਨਾ, ਅਤੇ ਇਸ ਕਰਕੇ ਇੱਧਰਲੀ ਸਾਈਡ ਕੋਸਟ ਵਾਲੀ ਲਾਈਨ ਆਉਂਦੇ ਆ। ਆਪਾਂ ਇਹਨਾਂ ਦੂਸਰੀ ਸਾਈਡ ਜਿੱਧਰਲੀ ਸਾਈਡ ਇਹਦੀਆਂ ਸਿਟੀਜ਼ ਹੈਗੀਆਂ, ਬਿਲਬਾਓ ਆ, ਕੰਤਾਬਰੀ ਆ, ਉਹ ਹੈਗੀ ਆ ਉਹ ਠੰਡੇ ਇਲਾਕੇ। ਆਪਾਂ ਜਿਹੜਾ ਸੈਂਟਰ ਸਪੇਨ ਲੰਘ ਕੇ ਜਾਣਾ, ਆਪਾਂ ਉੱਥੋਂ ਠੰਡ ਸ਼ੁਰੂ ਹੋ ਜਾਂਦੀ ਆ। ਚਲੋ ਹੁਣ ਤਾਂ ਆ ਮਹੀਨੇ ਜੁਲਾਈ ਅਗਸਤ ਆ, ਜਿਹਦੇ ਵਿੱਚ ਈਵਨ ਜਿਹੜੇ ਬਹੁਤ ਠੰਡੇ ਇਲਾਕੇ ਹੁੰਦੇ ਉਹਨਾਂ ਦੇ ਵਿੱਚ ਵੀ ਗਰਮੀ ਪੈ ਜਾਂਦੀ ਆ, ਪਰ ਉੱਥੇ ਸਟਿਲ ਜੇ ਟੈਂਪਰੇਚਰ ਇੰਨਾ ਹਾਈ ਨਹੀਂ ਹੈਗਾ। ਅਤੇ ਜਿੱਦਾਂ ਮੈਂ ਕਿਹਾ ਕਿ ਉਹਦੇ ਇਲਾਕਿਆਂ ਦੇ ਵਿੱਚ ਬਹੁਤ ਘੱਟ ਲੋਕ ਜਾਂਦੇ ਆ, ਬਹੁਤ ਘੱਟ ਐਕਸਪਲੋਰ ਹੁੰਦੇ ਆ। ਮੈਂ ਖੁਦ ਕਦੀ ਨਹੀਂ ਗਿਆ ਉਹ ਏਰੀਏ ਦੇ ਵਿੱਚ, ਕਦੀ ਨਹੀਂ ਹੈ ਸੋ ਫਾਰ, ਇੰਨਾ ਚਿਰ ਸਪੇਨ ਦੇ ਵਿੱਚ ਰਹਿੰਦਿਆਂ ਹੋ ਗਿਆ। ਸੋ ਉਹ ਏਰੀਏ ਪਹਿਲੀ ਏਰੀ ਜਾਣਾ, ਅਤੇ ਉਹਦੇ ਮੈਂ ਜਿੰਨੀਆਂ ਕੁ ਉੱਥੋਂ ਦੀਆਂ ਵੀਡੀਓਜ਼ ਦੇਖੀਆਂ ਜਾਂ ਜਿੰਨੀਆਂ ਕਦੀ ਗੂਗਲ 'ਤੇ ਫੋਟੋਜ਼ ਦੇਖੀਆਂ ਵਾ, ਤੁਸੀਂ ਇੱਥੋਂ ਦੀ ਸਟੇਟ ਹੈਗੀ ਹੈ, ਤੁਸੀਂ ਮੇਰੇ ਤੋਂ ਪਹਿਲਾਂ ਹੀ ਦੇਖ ਸਕਦੇ ਜਾਂ ਦੇਖਣਾ, ਔਸਤੁਰੀਆ ਸਟੇਟ ਆ ਇੱਕ ਉੱਧਰਲੀ ਸਾਈਡ, ਅਤੇ ਫਿਰ ਉੱਧਰਲੀਆਂ ਸਿਟੀਜ਼ ਆ ਜਿਹੜੀਆਂ ਮੈਂ ਕਿਹਾ ਬਿਲਬਾਓ ਵਗੈਰਾ, ਉੱਧਰਲੀ ਸਾਈਡ ਤੁਸੀਂ ਦੇਖੋਗੇ। ਮੈਨੂੰ ਲੱਗਦਾ ਇੱਕ ਸਵਿਟਜ਼ਰਲੈਂਡ ਅਤੇ ਸਪੇਨ ਦਾ ਇੱਕ ਸੁਮੇਲ ਆ, ਯਾਨੀ ਕਿ ਜਿਹੜੇ ਘਰ ਬਾਹਰ ਆ ਉਹ ਜਿਹੋ ਜਿਹੇ ਸਪੇਨ ਦੇ ਵਿੱਚ ਆ, ਪੁਰਾਣੀਆਂ ਟਾਈਲਾਂ ਜਿਹਦੇ ਬਣੇ ਹੁੰਦੇ ਆ ਉਹੋ ਜਿਹੇ ਆ, ਪਰ ਜਿਹੜਾ ਉਹਦੀ ਲੈਂਡਸਕੇਪ ਆ ਉਹ ਕਾਇੰਡ ਆਫ ਸਵਿਟਜ਼ਰਲੈਂਡ ਵਰਗਾ, ਹੈ ਨਾ, ਕਿ ਪਹਾੜ, ਹਰਿਆਲੀ ਬਹੁਤ ਜ਼ਿਆਦਾ ਉੱਧਰਲੀ ਸਾਈਡ। ਸੋ ਉਹ ਆਈ ਹੋਪ ਤੁਹਾਨੂੰ ਉਹਦੀਆਂ ਥਾਵਾਂ ਪਸੰਦ ਆਉਣਗੀਆਂ। ਅਤੇ ਜਿੱਦਾਂ ਕਿ ਮੈਂ ਕਿਹਾ ਪਹਿਲੀ ਵਾਰੀ ਜਾਣਾ, ਅਤੇ ਇਹਦਾ ਟ੍ਰਿਪ ਮੇਰਾ ਪਲੈਨ ਹੋਇਆ ਸੀ ਕੈਨੇਡਾ ਤੋਂ ਹੀ ਛੱਡਣੀ, ਕਿ ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ ਆਲਰੇਡੀ ਦੇਖ ਹੀ ਚੁੱਕੇ ਹੋਵੋਗੇ ਉਦੋਂ ਤੱਕ, ਕਿ ਮੈਨੂੰ ਕਿਹੜੀਆਂ ਚੀਜ਼ਾਂ ਕੈਨੇਡਾ ਦੇ ਵਿੱਚ ਮਾੜੀਆਂ ਲੱਗੀਆਂ ਸੀ। ਉੱਥੇ ਇੱਕ ਮੈਂ ਚੀਜ਼ ਇਹ ਦੇਖ ਲਈ ਸੀ ਕਿ ਉਹਦੀ ਚੀਜ਼ ਨੇ ਰਿਅਲਾਈਜ਼ ਕਰਾਤਾ ਸੀ ਕਿ ਜਿੰਨਾ ਪਿੱਛੇ ਜਿਹੜੀਆਂ ਚੀਜ਼ਾਂ ਪਿੱਛੇ ਅਸੀਂ ਉਮਰ ਲੰਘਾ ਦਿੰਦੇ ਹਾਂ, ਵੱਡੇ ਵੱਡੇ ਘਰ ਜਾਂ ਬਹੁਤ ਜ਼ਿਆਦਾ ਪੈਸਾ ਜੋੜਨਾ, ਉਹ ਹੈਪੀਨੈਸ ਨਹੀਂ ਹੈਗੀ, ਉਹ ਖੁਸ਼ੀ ਨਹੀਂ ਹੈਗੀ ਉਹ, ਅਤੇ ਨਾ ਹੀ ਤੁਸੀਂ ਕਦੀ ਕਿਸੇ ਤੋਂ ਗਰੰਟਡ ਅੱਗੇ ਲੰਘ ਸਕਦੇ ਹਾਂ। ਬੰਦਾ ਸਾਰੀ ਉਮਰ ਕੰਮ ਕਰਦਾ ਰਹਿੰਦਾ ਕਿ ਮੈਂ ਦੋ ਪੈਰ ਅੱਗੇ ਕਰ ਲਾਂ, ਕੰਮ ਕਰਨਾ ਬਹੁਤ ਚੰਗੀ ਗੱਲ ਆ, ਸਾਰੀਆਂ ਚੀਜ਼ਾਂ ਕਰਨੀਆਂ, ਪਰ ਕਿਸੇ ਚੀਜ਼ ਨੂੰ ਵੀ ਟੂ ਮੱਚ ਕਰ ਦੇਣਾ ਉਹ ਬੈਡ ਆ। ਅਤੇ ਆਈ ਥਿੰਕ ਸੀ ਕਿ ਉੱਥੇ ਮੈਨੂੰ ਅਹਿਸਾਸ ਹੋਇਆ ਕਿ ਵੀ ਜ਼ਿੰਦਗੀ ਜਿਹੜੀ ਲਿਬਰਟੀ ਸਾਡੇ ਕੋਲ ਆ ਨਾ, ਉਹ ਬੈਟਰ ਆ ਇਹਦੇ ਨਾਲੋਂ, ਵੱਡੇ ਘਰ ਨਾਲੋਂ ਇੱਕ ਉਹ ਲਿਬਰਟੀ ਬੈਟਰ ਆ ਕਿ ਅਸੀਂ ਜਦੋਂ ਚਾਹੀਏ ਜਿੱਥੇ ਚਾਹੀਏ ਘੁੰਮਣ ਜਾ ਸਕਦੇ ਹਾਂ, ਕੋਈ ਇੱਦਾਂ ਦੀ ਉੱਪਰ ਤਲਵਾਰ ਨਹੀਂ ਲਟਕਣ ਡਈ। ਖੁਸ਼ੀ ਇਹੋ ਹੀ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਨਾਲ ਟਾਈਮ ਬਿਤਾਓ, ਤੁਹਾਡੇ ਗਾਂ ਜਵਾਕ ਆਪਾਂ ਟੇਕ ਫੋਰ ਗਰੰਟਡ ਨਹੀਂ ਲੈ ਸਕਦੇ, ਪਰ ਜੇ ਤੁਸੀਂ ਬੱਚਿਆਂ ਨਾਲ ਆਪਣਾ ਮੋਹ ਜਾਂ ਅਟੈਚ ਰੱਖਣਾ ਚਾਹੁੰਦੇ ਤਾਂ ਤੁਹਾਨੂੰ ਨਿਆਣੇ ਨਾਲ ਟਾਈਮ ਸਪੈਂਡ ਕਰਨਾ ਪੈਣਾ। ਅਤੇ ਮੈਂ ਸੱਚੀ ਗੱਲ ਨਾ 100% ਸੌਂਹ ਖਾ ਗਿਆ ਨਾ, ਮੈਂ ਜਦੋਂ ਦਾ ਕੈਨੇਡਾ ਤੋਂ ਆਇਆ, ਮੈਂ ਜਦੋਂ ਅਸੀਂ ਘੁੰਮਣ ਜਦੋਂ ਜਾਈਦਾ ਸੀ ਨਾ, ਅਸੀਂ ਘੁੰਮਣ ਜਾਈਦਾ, ਜਦੋਂ ਅਸੀਂ ਘੁੰਮਣ ਤੋਂ ਵਾਪਸ ਆ ਜਾਈਦਾ, ਕੰਮ ਦੇ ਵਿੱਚ ਬਹੁਤ ਕੰਮ ਕਰੀਦਾ, ਸੱਚੀ ਪੁੱਛੋ, ਸਵੇਰ ਤੋਂ ਤੜਕੇ ਤੋਂ ਲੈ ਕੇ ਰਾਤ ਦੇ 1-2 ਵਜੇ ਤੱਕ, ਸਵੇਰੇ 7-8 ਵਜੇ ਘਰੋਂ ਚਲੇ ਗਏ, ਰਾਤ ਨੂੰ 1-2 ਵਜੇ ਆਉਣਾ। ਕੰਮ ਮੇਰਾ ਕੀ ਹੁੰਦਾ, ਰੈਸਟੋਰੈਂਟਾਂ 'ਤੇ ਜਾਣਾ ਜਾਂ ਥੋੜ੍ਹੇ ਬਹੁਤ ਕੋਈ ਆਫਿਸ ਵਰਕ ਕਰ ਲੈਣਾ ਜਾਂ ਬੈਠੇ ਹਾਂ ਕੋਈ ਸਕੀਮਾਂ ਲੜਾਈ ਜਾਣੀਆਂ ਕੰਮ ਦੀਆਂ। ਸੋ ਉਹ ਮੈਂ ਬਾਹਰ ਘਰੋਂ ਬਾਹਰ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦਾ ਹਾਂ, ਪਰ ਉੱਧਰੋਂ ਜਦੋਂ ਮੈਂ ਵਾਪਸ ਹਾਂ, ਉੱਥੇ ਕੈਨੇਡਾ ਜਾ ਕੇ ਚੀਜ਼ ਰਿਲਾਈਜ਼ ਹੋਈ ਅਤੇ ਮੈਂ ਵਾਪਸ ਆ ਕੇ ਜ਼ਿਆਦਾ ਟਾਈਮ ਆਪਣੇ ਘਰ ਬੱਚਿਆਂ ਨਾਲ ਸਪੈਂਡ ਕਰਨਾ ਸ਼ੁਰੂ ਕੀਤਾ। ਕਈਆਂ ਨੂੰ ਅਫਕੋਰਸ, ਹੈ ਨਾ, ਕੈਨੇਡਾ ਸੀਰੀਜ਼ ਬਹੁਤ ਵਧੀਆ ਲੱਗੀ, ਅਤੇ ਕਈ ਮੇਰੇ ਤੋਂ ਉਹ ਚੀਜ਼ਾਂ ਨਹੀਂ ਐਕਸਪੈਕਟ ਕਰਦੇ, ਕਈ ਮੇਰੇ ਨਾਲ ਜੁੜੇ ਆ ਕਿ ਤੂੰ ਯਾਰ ਗੱਲਬਾਤ ਵਧੀਆ ਕਰਦਾ, ਤੇਰਾ ਇੱਕ ਵੱਖਰਾ ਨਜ਼ਰੀਆ ਵਾ ਚੀਜ਼ਾਂ ਬਾਰੇ, ਸਾਨੂੰ ਉਹ ਨਜ਼ਰੀਆ ਪਸੰਦ ਆ। ਅਤੇ ਅਫਕੋਰਸ ਕਈ ਲੋਕਾਂ ਨੂੰ ਚੀਜ਼ ਨਹੀਂ ਸੀ ਪਸੰਦ ਆਈ ਕਿ ਮੈਂ ਰੋਜ਼ ਦੀ ਰੋਜ਼ ਜਿਹੜੀਆਂ ਘੁੰਮਣ ਫਿਰਨ ਵਾਲੀਆਂ ਵੀਡੀਓਜ਼ ਬਣਾ ਰਿਹਾ, ਅਤੇ ਮੈਂ ਆਈ ਟੋਟਲੀ ਗੈਟ ਦੈਟ। ਮੈਨੂੰ ਵੀ ਕਿਸੇ ਟਾਈਮ ਮੈਨੂੰ ਵੀ ਇੱਦਾਂ ਲੱਗਣ ਲੱਗ ਪਿਆ ਸੀ ਯਾਰ ਇਹ ਕਦੋਂ ਮੁੱਕਣਗੀਆਂ ਵੀਡੀਓਜ਼ ਕੈਨੇਡਾ ਦੀਆਂ, ਕਿਉਂਕਿ ਉਦੋਂ ਘੁੰਮਦੇ ਦਰਮਿਆਨ ਇਹ ਨਹੀਂ ਸੀ ਸਮਝ ਕਿ ਇੰਨੀਆਂ ਜ਼ਿਆਦੀਆਂ ਵੀਡੀਓਜ਼ ਹੋ ਜਾਣਗੀਆਂ। ਉਦੋਂ ਮੈਂ ਡੇਲੀ ਜੋ ਵੀ ਕੁਛ ਘੱਟਦਾ ਸੀ, ਕੁਝ ਵੱਖਰਾ ਹੁੰਦਾ ਸੀ, ਉਹ ਮੈਂ ਰਿਕਾਰਡ ਕਰੀ ਗਿਆ। ਫਿਰ ਜਦੋਂ ਪਾਉਣ ਦੀ ਕਈ ਵਾਰ ਤਾਂ ਇਹ ਵੀ ਦਿਮਾਗ ਦੇ ਵਿੱਚ ਆਈ ਕਿ ਰਹਿਣ ਦਿੰਦਾ ਪਾਉਣ ਨੂੰ, ਪਰ ਹਰੇਕ ਕੋਈ ਦਿਨ ਦੇ ਵਿੱਚ ਕੁਛ ਨਾ ਕੁਛ ਇੱਦਾਂ ਦੀ ਸਪੈਸ਼ਲਿਟੀ ਹੈਗੀ ਸੀ ਜਿਹਨੂੰ ਮੈਂ ਚਾਹੁੰਦਾ ਹਾਂ ਕਿ ਓਕੇ
इनू मैं सामभ लवा इनू मैं अपलोड कर दा। सो मैं भी कदी ना कदी देखागा। फॉर एग्जाम्पल मैं कई बार अपन ही जिदा मैं पिछे जी की वीडियो पाई सी कि जो मेरे ना रेस्टोरेंट ते काम करता हूं पब्लिसिटी वाले पेपर सेट आता हूं जी खोलिया संपाई संपा रहे मैं भेज दिता प्रमोशन करके आ हूं इदा मैं खड़ जाना मार्केट मोहरे गोरिया मेहनत करी जानी लै लो बिच गाला भी कड़ जाते IPL उदो चलती होंगी सी मैं की करना भरावा माड़े मोटे देने बाकी एडा कई बार दिल जहा भी दुखदा सी भैन चो एडा थदा मैं सपाई संपायर का पैसे लगे सीट ते आ पर दिल करड़ जहा करके सीट दिता सी मैं घर बिच तो मैं वीडियो किन्नी आ रही है ना मैं जिमें वो इको डायलॉग जी उन्होंने मैं रिपीट कर करके अपनी वीडियो देख के हसदा ही कहना नहीं सी वाहवा कहता हों तो वाहवा ही पेपर होंगे सी पर कहता मैं दिल करड़ा जहा करके सीट दिता हूँ सी मैं वह करड़ा जहा दिल करड़ा जहा करने वाला डायलॉग बार बार सुने। सो इदा कुछ ना कुछ डेली हैगा सी ते भी सॉरी जिन्हां वास्ते वो सीरीज ज़्यादा लंबी हो गई जिन्हां ने नहीं इंजॉय की तो जिन्हां इंजॉय की तुसीं दसना उहदे विचों तुहाडी कैड़ी फेवरेट वीडियो सी जां कैड़ी सी। मेरा एक दिन सी मेरा जिहड़ा मोस्ट मैमोरेबल सीन सी वो आई थिंक असीं एक दिन जिदन उठ के सवेरे तड़के तुरे सी जैसपुर वल नूं तराज पहाड़ियां सी वो मैं इत्थे सीन जिहा चला दूंगा वीडियो दे विच। ओ यार मेरे वास्ते मेरे ख्याल नाल सब तों टॉप दा व्यू ते ਉਹ ਇੱਕ ਵਿਊ ਇੱਦਾਂ ਦਾ ਲੱਗਾ ਸੀ ਕਿ ਮੈਂ ਕਿਸੇ ਹੋਰ ਦੁਨੀਆ ਦੇ ਵਿੱਚ ਫਿਰਦਾ ਉਹ ਵਿਊ ਬਹੁਤ ਘੈਂਟ ਸੀ ਅਤੇ ਬਾਕੀ ਜਿਹੜਾ ਉਹੀ ਕਿਹਾ ਵੀ ਮੈਂ ਪਹਿਲੀ ਵਾਰ ਉੱਧਰ ਜਾਣਾ ਆਈ ਹੋਪ ਜੋ ਮੈਂ ਇਮੈਜਿਨ ਕਰਦਾ ਉਹੋ ਜਿਹਾ ਹੀ ਹੋਵੇ ਬਟ ਜਿਹੋ ਜਿਹਾ ਵੀ ਹੋਊਗਾ ਤੁਹਾਡੇ ਨਾਲ ਸ਼ੇਅਰ ਕਰੂੰਗਾ। ਅਪਰੋਕਸੀਮੇਟਲੀ 300 ਕਿਲੋਮੀਟਰ ਚਲਾ ਕੇ ਇੱਥੇ ਪੰਪ 'ਤੇ ਰੁਕੇ ਸੀ ਤੇਲ ਪਾਉਣ ਅਤੇ ਰੀਸੈਂਟਲੀ ਮੈਂ ਕੈਨੇਡਾ ਤੋਂ ਆਇਆ ਅਤੇ ਇੱਕ ਚੀਜ਼ ਉੱਥੇ ਅਤੇ ਇੱਥੇ ਬਹੁਤ ਡਿਫਰੈਂਟ ਆ ਉਹ ਹੈਗਾ ਖਾਣ ਪੀਣ ਅਤੇ ਇੱਕ ਉੱਥੇ ਕਾਰਪੋਰੇਟ ਲੋਕਾਂ ਦਾ ਦਬਦਬਾ ਜ਼ਿਆਦਾ ਇੱਥੇ ਜਿੱਦਾਂ ਦੇਖੋਗੇ ਕਿ ਲੋਕਲ ਰੈਸਟੋਰੈਂਟ ਤੁਹਾਨੂੰ ਪੰਪਾਂ 'ਤੇ ਵੀ ਜ਼ਿਆਦਾ ਮਿਲ ਜਾਣਗੇ ਜਿੱਦਾਂ ਇੱਕ ਹੋਰ ਰੈਸਟੋਰੈਂਟ ਆ ਅਤੇ ਇੱਧਰਲੀ ਸਾਈਡ ਹੈ ਵੀ ਤੁਹਾਨੂੰ ਇੱਥੇ ਬਰਗਰ ਕਿੰਗ ਮੈਕਡੋਨਲਡ ਇੱਦਾਂ ਦੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਘੱਟ ਮਿਲਣਗੀਆਂ ਮਿਲਣਗੇ ਪੰਪਾਂ 'ਤੇ ਪਰ ਹਰੇਕ 'ਤੇ ਨਹੀਂ ਕਿਤੇ ਕਿਤੇ ਮਿਲਣਗੇ ਤਾਂ ਤੁਹਾਨੂੰ ਜਿਹੜਾ ਰੀਅਲ ਫੂਡ ਆ ਉਹ ਤੁਹਾਨੂੰ ਜ਼ਿਆਦਾ ਮਿਲੂ ਕੌਫੀਆਂ ਵੀ ਆ ਰੀਅਲ ਟਿਮ ਹੋਟਨ ਜਾਂ ਸਟਾਰਬਕਸ ਇਹੋ ਜਿਹੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਘੱਟ ਮਿਲਣਗੀਆਂ ਹੈ ਨਾ। ਸੋ ਇਹਨਾਂ ਦੋਵਾਂ ਕੌਂਟੀਨੈਂਟਾਂ ਦੇ ਵਿੱਚ ਜਿਹੜਾ ਮੇਨ ਫਰਕ ਆ ਖਾਣ ਪੀਣ ਦਾ ਇੱਥੋਂ ਵੀ ਇੱਥੇ ਰੈਸਟੋਰੈਂਟ 'ਤੇ ਮਿੱਠੇ ਦੀ ਆਪਸ਼ਨ ਦੇ ਵਿੱਚ ਨਾ ਜਿਹੜਾ ਪੰਪ ਵਾਲਾ 13 ਯੂਰੋ ਦਾ ਮੀਨੂ ਪਰ ਪਰਸਨ ਜਿਹਦੇ ਵਿੱਚ ਇੱਕ ਸਟਾਰਟਰ ਲੈ ਸਕਦੇ ਹਾਂ ਅਸੀਂ ਦੋ ਲੈ ਉਹਨਾਂ ਮੀਨੂ ਓੜੇ ਇੱਕ ਚਾਹ ਸਲਾਦ ਲੈ ਲਿਆ ਅਤੇ ਇੱਕ ਚਾਹ ਪਾਈ ਆ ਗਿਆ ਉਹ ਵੀ ਵਿਦ ਸੀ ਫੂਡ ਹੁੰਦਾ ਮਿਕਸ ਹੁੰਦਾ ਜਾਨੀ ਕਿ ਸੀ ਫੂਡ ਵੀ ਕਈ ਇਕੱਲਾ ਸੀ ਫੂਡ ਵਾਲਾ ਹੁੰਦਾ ਕਈਆਂ ਦੇ ਵਿੱਚ ਚਿਕਨ ਵਗੈਰਾ ਵੀ ਇਹ ਮਿਕਸ ਆ ਜੇ ਚਿਕਨ ਵੀ ਹੈਗਾ ਸੀ ਫੂਡ ਵੀ ਹੈਗਾ ਅਤੇ ਇੱਕ ਆਹ ਲੈ ਲਈ ਚਿਕਨ ਲੈ ਲਈ ਥਾਈ ਲੈ ਲਿਆ ਅਤੇ ਇੱਕ ਉਹ ਜਿਹੜਾ ਮੈਂ ਝਾੜ ਗਿਆ ਵਾਂ ਉਹ ਹੈਗਾ ਸੀ ਕਾਲਾਮਾਰ ਅਤੇ ਮਿੱਠੇ ਦੇ ਵਿੱਚ ਦੋ ਆਪਸ਼ਨਾਂ ਜਿਹੀ ਇੱਕ ਆਹ ਲੈ ਲਈ ਬ੍ਰੈਡ ਜੇ ਅਤੇ ਇੱਕ ਖਰਬੂਜਾ ਮਿੱਠਾ ਅਤੇ ਦੋ ਡਰਿੰਕਾਂ ਵੀ ਆ ਗਈਆਂ ਇਹਦੇ ਵਿੱਚ ਅਤੇ ਇਸ ਤੋਂ ਬਾਅਦ ਕੌਫੀਆਂ ਵੀ ਦੋ ਇਨਕਲੂਡਡ ਆ ਇਹਦੇ ਵਿੱਚ। ਸੋ 26 ਯੂਰੋ ਦੇ ਵਿੱਚ ਦੋ ਜਣਿਆਂ ਵਾਸਤੇ ਨਾ ਮੁੱਕਣੇ ਯੋਗ ਖਾਣਾ। ਪੋਸਟਰ ਲਾਇਆ ਉਹਨਾਂ ਨੇ ਕਿਹੜੇ ਕਿਹੜੇ ਰੀਜਨ ਦੀਆਂ ਮਾਈਨਾਂ ਉਹਦਾ ਸਭ ਤੋਂ ਮਸ਼ਹੂਰ ਆ ਜਿਹੜਾ ਖੱਬੇ ਹੱਥ ਉੱਪਰ ਉਹ ਵੀ ਦੇ ਰੋਹੀ ਦਾ ਰੀਜਨ ਅਤੇ ਸੱਜਿਆ ਜਿਹੜਾ ਰਿਓਖਾ ਇਹ ਖਾਸੀਆਂ ਜਾਨੀ ਕਿ ਜਿਨ੍ਹਾਂ ਦੀਆਂ ਜ਼ਿਆਦਾ ਭਰਮਾਰ ਆ ਹਰੇਕ ਜਗ੍ਹਾ 'ਚ। ਇੱਥੋਂ ਹੁਣ ਸਮਾਨ ਲੈਣਾ ਗੱਡੀ 'ਚ ਰੱਖਣ ਵਾਸਤੇ ਕਿਉਂਕਿ ਅੱਜ ਮੇ ਬੀ ਰਾਤ ਬਾਹਲੇ ਰਿਮੋਟ ਜਿਹੇ ਏਰੀਏ ਦੇ ਵਿੱਚ ਹੀ ਰਹੀ ਹੈ ਸੋ ਉੱਥੇ ਖਾਣ ਪੀਣ ਦਾ ਰੈਸਟੋਰੈਂਟ ਕੋਈ ਲਾਗੇ ਨਾ ਹੋਵੇ ਸੋ ਇੱਥੋਂ ਅਤੇ ਵੈਸੇ ਵੀ ਗੱਡੀ ਚਲਾਉਂਦੇ ਹਾਂ ਕਿਉਂਕਿ ਲੰਬਾ ਸਫ਼ਰ ਹੁੰਦਾ ਪਿਆ ਪੂ ਲੱਗਦੇ ਕੋਈ ਜੂਸ ਜਾਸ ਕੋਈ ਫਰੂਟ ਵਗੈਰਾ ਸੋ ਇਹੋ ਜਿਹੀਆਂ ਚੀਜ਼ਾਂ ਸਟੋਕ ਅਪ ਕਰ ਲੈਣੀਆਂ ਇੱਥੋਂ ਅਤੇ ਅਫਕੋਰਸ ਤੁਹਾਨੂੰ ਕਾਫੀ ਜਣਿਆਂ ਨੂੰ ਪਤਾ ਲੱਗ ਗਈ ਹੋਊਗੀ ਇਸ ਸਪੇਨ ਦੀ ਮੋਸਟ ਫੇਮਸ ਚੇਨ ਆ ਗਰੋਸਰੀ ਦੀ ਮਰਕਾਦੋਨਾ ਉਹ ਸਿਰੇ 'ਤੇ ਬਣਿਆ ਰੈਸਟੋਰੈਂਟ ਇਹਦੇ ਵਿੱਚ ਹੀ ਜਿਹਦੇ ਵਿੱਚ 5-6 ਚੀਜ਼ਾਂ ਹੁੰਦੀਆਂ ਫਰੈਸ਼ ਵੀ ਜਿੱਦਾਂ ਕਿ ਗ੍ਰਿਲਡ ਚਿਕਨ ਹੋ ਗਿਆ ਪੀਜ਼ਾ ਹੋ ਗਿਆ ਹੋਰ ਕੁਝ ਇੱਕ ਦੋ ਸਪੈਨਿਸ਼ ਜਿੱਦਾਂ ਪਾਈਆ ਹੋ ਗਿਆ ਜਿਹੜੇ ਆਪਾਂ ਚੌਲ ਜੇ ਪਿੱਛੋਂ ਖਾਧੇ ਸੀ
ਤੇ ਨਾ ਆਪਣੇ ਹਰੇਕ ਮਾਰਕੀਟ ਦੇ ਵਿੱਚ ਮੋਸਟਲੀ ਦੇ ਵਿੱਚ ਇੱਦਾਂ ਇੱਕ ਸੀਟਿੰਗ ਏਰੀਆ ਜਿਹਾ ਬਣਾਤਾ ਵਾ ਜਿੱਥੇ ਤੁਸੀਂ ਉੱਥੋਂ ਲੈ ਕੇ ਇੱਥੇ ਬਹਿ ਕੇ ਖਾ ਸਕਦੇ ਆ ਕੁਛ ਚੀਜ਼ ਗਰਮ ਕਰਨੀ ਆ ਮਾਈਕ੍ਰੋਵੇਵ ਵਗੈਰਾ ਗਲਾਸ ਵਗੈਰਾ ਕੋਈ ਡਰਿੰਕ ਪੀਣੀ ਜਿਹੜੀ ਤੁਸੀਂ ਇੱਥੋਂ ਹੀ ਲਈ ਆ ਅਤੇ ਆ ਕਟਲਰੀ ਵਗੈਰਾ ਵੀ ਦਿੱਤੀ ਆ ਟਰੈਵਲ ਕਰਦੇ ਵੇਲੇ ਸਪੇਨ ਦੇ ਵਿੱਚ ਇੱਕ ਬੜੀ ਚੀਪ ਆਪਸ਼ਨ ਆ ਇਹ ਚਲੋ ਇੱਕ ਇੱਥੇ ਕੁਆਲਿਟੀ ਦੀ ਗਰੋਸਰੀ ਵਗੈਰਾ ਇਹ ਜ਼ਿਆਦਾ ਸੌਟਡ ਆਊਟ ਆ ਇਹ ਹੈ ਨਾ ਜਿਹੜੀ ਚੇਨ ਅਤੇ ਪਲੱਸ ਜਿੱਦਾਂ ਜਿਹੜਾ ਰੈਸਟੋਰੈਂਟ ਬਣਨ ਕਰਕੇ 4.5 ਯੂਰੋ ਦਾ ਹਾਫ ਚਿਕਨ ਆ ਜਾਂਦਾ ਵਾ ਹਾਫ ਗ੍ਰਿਲਡ ਚਿਕਨ ਹੈ ਨਾ ਹੋਲ ਜਿਹੜਾ ਹੁੰਦਾ ਅਤੇ ਉਹਦੇ ਨਾਲ ਆਲੂ ਵਗੈਰਾ ਪੀਜ਼ਾ ਵਗੈਰਾ ਵੀ ਉੱਥੇ ਹੀ ਸਾਹਮਣੇ ਤੁਹਾਡੇ ਕਿਉਂਕਿ ਓਪਨ ਕਿਚਨ ਹੁੰਦੀ ਇਹਨਾਂ ਦੀ ਅਤੇ ਬੜਾ ਰੀਜ਼ਨੇਬਲ ਹੁੰਦਾ ਹਾਂ ਪਤਾ ਹੁਣ ਕੁਝ ਗੱਲਾਂ ਸਪੇਨ ਦੇ ਇੱਧਰਲੇ ਪਾਸੇ ਦੀਆਂ ਜਿੱਦਾਂ ਕਿ ਕਈ ਦੁਨੀਆ ਦੇ ਵਿੱਚ ਥਾਵਾਂ ਵਾਂ ਜਿੱਥੇ ਲੋਕ ਨੋਰਮਲੀ ਸ਼ਾਇਦ ਨਾ ਵਸਣ ਪਰ ਲੋਕ ਉੱਥੇ ਲੋਕਾਂ ਨੂੰ ਵਸਾਉਣ ਵਾਸਤੇ ਕੁਝ ਨਾ ਕੁਝ ਬੈਨੀਫਿਟ ਦਿੰਦੀ ਹੈ ਜਿੱਦਾਂ ਕਿ ਸਪੇਨ ਦੇ ਕਈ ਟਾਪੂ ਆ ਅਤੇ ਉਹਨਾਂ ਟਾਪੂਆਂ 'ਤੇ ਵਸੋਂ ਬਣਾਈ ਰੱਖਣ ਵਾਸਤੇ ਸਪੇਨ ਕਈ ਤਰ੍ਹਾਂ ਦੇ ਬੈਨੀਫਿਟ ਦਿੰਦਾ ਵਾ ਉਹ ਟੈਕਸ ਬੈਨੀਫਿਟ ਹੁੰਦੇ ਆ ਅਤੇ ਉੱਥੇ ਜਿਹੜੇ ਰਹਿਣ ਵਾਲਿਆਂ ਨੂੰ ਟੈਕਸ ਘੱਟ ਭਰਨਾ ਪੈਂਦਾ ਵਾ ਜਾਂ ਉਹਨਾਂ ਨੂੰ ਜੇ ਉਹ ਟਰੈਵਲ ਕਰਦੇ ਉਹਨਾਂ ਨੂੰ ਟਿਕਟਾਂ ਉੱਤੇ ਡਿਸਕਾਊਂਟ ਹੁੰਦਾ ਜਿੱਦਾਂ ਕਿ ਅਸੀਂ ਰਹਿੰਦੇ ਹਾਂ ਤੈਨਰੀਫ ਜਾਂ ਸਪੇਨ ਦੇ ਕਿਸੇ ਵੀ ਟਾਪੂਆਂ ਦੇ ਰਹਿਣ ਵਾਲੇ ਲੋਕਾਂ ਨੂੰ 75% ਟਿਕਟਾਂ ਦੇ ਉੱਤੇ ਡਿਸਕਾਊਂਟ ਆ ਉਹ ਚਾਹੇ ਬਾਈ ਏਅਰ ਆ ਜਾਂ ਬਾਈ ਸ਼ਿਪ ਆ ਅਤੇ ਇੱਦਾਂ ਹੀ ਇੱਧਰਲੀ ਸਾਈਡ ਨਾ ਅਸਤੂਰੀਆਜ਼ ਤੋਂ ਅਸਤੂਰੀਆਜ਼ ਜਾਂ ਇਹਦੇ ਆਸੇ ਪਾਸੇ ਇਲਾਕੇ ਜਿੱਦਾਂ ਮੈਂ ਕਿਹਾ ਠੰਡੇ ਆ ਅਤੇ ਅਫਕੋਰਸ ਲੋਕ ਠੰਡਿਆਂ ਇਲਾਕਿਆਂ ਦੇ ਵਿੱਚ ਨਹੀਂ ਰਹਿਣਾ ਚਾਹੁੰਦੇ ਅਤੇ ਇੱਧਰ ਉੱਧਰ ਮੂਵ ਹੁੰਦੇ ਆ ਅਤੇ ਇੱਧਰ ਇਹੋ ਜਿਹੇ ਕਈ ਪਿੰਡ ਨੇ ਜਿਨ੍ਹਾਂ ਨੇ ਬੜੇ ਸਟਰੇਂਜ ਜਿਹੇ ਤਰੀਕੇ ਦੇ ਔਫਰ ਲਾਏ ਆ ਕਈ ਜਿੱਦਾਂ ਮੈਂ ਪੜ੍ਹ ਰਿਹਾ ਸੀ ਕਿ ਕਈ ਪਿੰਡ ਇੱਦਾਂ ਦੇ ਆ ਜਿਨ੍ਹਾਂ ਨੇ ਇਹ ਕਿਹਾ ਕਿ ਜੇ ਤੁਸੀਂ ਸਾਡੇ ਇੱਥੇ ਰਹਿੰਦੇ ਹੋ ਅਸੀਂ ਤੁਹਾਨੂੰ ਐਨੂਅਲੀ 3000 ਯੂਰੋ ਦੇਵਾਂਗੇ ਜੇ ਤੁਹਾਡੇ ਬੱਚਾ ਹੁੰਦਾ ਵਾ ਤਾਂ 3000 ਉਹਦਾ ਵੀ ਤੁਹਾਨੂੰ ਪਲੱਸ ਮਿਲੂਗਾ ਈਚ ਚਾਇਲਡ ਜਾਂ ਕਿਸੇ ਪਿੰਡ ਨੇ ਔਫਰ ਲਾਇਆ ਕਿ ਤੁਸੀਂ ਸਾਡੇ ਜੇ ਪਿੰਡ ਰਹਿੰਦੇ ਹਾਂ ਤੁਸੀਂ ਰੈਂਟ ਜਸਟ 100 ਯੂਰੋ ਹੀ ਪੇ ਕਰਨਾ ਵਾ ਬਾਕੀ ਮਿਊਨਸੀਪਲ ਟੇਕ ਕੇਅਰ ਕਰੂਗੀ ਤੁਹਾਡੇ ਰੈਂਟ ਦੀ ਸੋ ਇੱਦਾਂ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਵੱਖ ਵੱਖ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਮੰਥਲੀ ਪੈਸੇ ਮਿਲਦੇ ਆ ਰਹਿਣ ਦੇ ਇਹ ਕੋਈ ਹਵਾ ਦੀਆਂ ਗੱਲਾਂ ਨਹੀਂ ਹੈਗੀਆਂ ਤੁਸੀਂ ਜੇ ਸਰਚ ਕਰੋਗੇ ਤਾਂ ਤੁਹਾਨੂੰ ਬੜੀ ਈਜ਼ੀਲੀ ਮਿਲ ਜੂਗਾ ਜਿੱਦਾਂ ਕਿ ਪਿੱਛੇ ਤੁਸੀਂ ਇਹ ਵੀ ਵੇਖਿਆ ਹੋਣਾ ਨਾ ਇਟਲੀ ਦੇ ਵਿੱਚ ਵੀ ਇੱਕ ਪਿੰਡ ਨੇ ਔਫਰ ਲਾਈ ਸੀ ਕਿ ਜਿਹੜੇ ਸਾਡੇ ਪਿੰਡ ਦੇ ਵਿੱਚ ਰਹਿਣਾ ਚਾਹੁੰਦਾ ਉਹਨਾਂ ਨੂੰ 1 ਯੂਰੋ ਦਾ ਘਰ ਦੇਵਾਂਗੇ ਸੋ ਸੇਮ ਹੀ ਸਿਨਾਰੀਓ ਆ ਅੱਜ ਅਜੇ ਹੋਈ ਚੱਲੇ ਆ 9:30 ਚੱਲੇ ਆ ਸੂਰਜ ਅਜੇ ਵੀ ਇੱਧਰ ਹੀ ਸਾਈਡ ਹੈਗਾ ਅਤੇ ਆਈ ਥਿੰਕ ਬਸ 10 ਮਿੰਟ ਦੀ ਹੋਰ ਖੇਡ ਆ ਅਤੇ ਇੱਥੇ ਹੁਣ ਹਵਾ ਹਲਕੀ ਹਲਕੀ ਠੰਡੀ ਜੀ ਆ ਵੀ ਚਿੱਲੀ ਜੀ ਫੀਲ ਹੁੰਦਾ ਇੱਥੇ ਪਿੰਡ ਪਹੁੰਚ ਗਏ ਆਪਾਂ ਪਿੰਡ ਨਹੀਂ ਸ਼ਹਿਰ ਹੀ ਆ ਸੱਚ ਬੁਰਗੋਸ ਚਰਚ ਬੜੀ ਸੋਹਣੀ ਜਿਹੜੇ ਪਿੰਡ ਦੀ ਮੈਂ ਵਿੱਚੋਂ ਗੇੜਾ ਜਿਹਾ ਦੇ ਕੇ ਆਇਆ ਸ਼ਹਿਰ ਦੇ ਵਿੱਚ ਨਹੀਂ ਫੋਨ ਨੂੰ ਹੱਥ ਲਾਇਆ ਕਿਉਂਕਿ ਪੁਲਿਸ ਵਗੈਰਾ ਹੁੰਦੀ ਹੈ ਕਈ ਵਾਰੀ ਅਤੇ ਹੈਗੀ ਆ ਇਹਨਾਂ ਦਾ ਸੈਂਟਰੋ ਕਮਰਸ਼ੀਅਲ ਜਿਹਾ ਲਾ ਲਓ ਅਲਕੋਰ ਅਤੇ ਇੰਗਲਿਸ਼ ਪੀਪਰ ਕੋਲ ਉਹ ਆ ਗਿਆ ਮੈਕਡੋਨਲਡਸ ਵੀ ਅਤੇ ਬਰਗਰ ਕਿੰਗ ਵੀ ਹੈਗਾ ਉੱਥੇ ਇੱਥੋਂ ਮੇਨਲੀ ਲੈਣੀ ਅਤੇ ਅਰਮਾਨ ਹੋਣਾ ਵਾਸਤੇ ਬਾਲ ਬੂਲ ਲੈਣੀ ਸੀ ਜਿੱਥੇ ਕਿਤੇ ਕੈਂਪਿੰਗ ਕਰਾਂਗੇ ਉੱਥੇ ਖੇਡ ਖੂਡ ਲੈਣਗੇ ਨਾਲ ਅਤੇ ਅਜੇ ਰਾਤ ਦਾ ਟਿਕਾਣਾ ਲੱਭਣਾ ਵਾ ਅਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਜਿੱਥੇ ਤੁਸੀਂ ਕੈਂਪਿੰਗ ਕਰਨੀ ਆ ਜਿੱਥੇ ਆਉਂਦੇ ਆ ਤੁਸੀਂ ਮੋਟਰ ਹੋਮ ਲੈ ਕੇ ਅਤੇ ਉਹ ਤੁਸੀਂ ਕਿੱਦਾਂ ਸਰਚ ਕਰ ਸਕਦੇ ਹਾਂ ਸੋ ਇਹ ਐਪ ਹੈਗੀ ਹੈ ਜੀ ਦੱਸਦਾ ਪਾਰਕ ਫਾਰ ਨਾਈਟ ਅਤੇ ਇਹਦੇ ਵਿੱਚ ਬਹੁਤ ਆਪਸ਼ਨ ਆ ਹੁਣ ਆਹ ਵੇਖੋ ਨਾ ਆਹ ਮੇਰੇ ਏਰੀਏ 'ਚ ਆਉਣ ਨਹੀਂ ਡਿਆ ਕਿੱਥੇ ਕਿੱਥੇ ਕੈਂਪਿੰਗ ਦਾ ਏਰੀਆ ਪਰ ਮੈਂ ਆਪਣੇ ਲਾਗੇ ਜੇ ਤੁਸੀਂ ਕਿਸੇ ਸਪੈਸੀਫਿਕ ਥਾਂ 'ਤੇ ਲੱਭਣੀ ਹੈ ਫੋਰ ਐਗਜ਼ਾਮਪਲ ਆਪਾਂ ਮੈਂ ਜਿੱਥੇ ਸਾਡਾ ਜ਼ਿਆਦਾ ਇਰਾਦਾ ਬਣਦਾ ਉਹ ਆਹ ਵਾਲੀ ਜਗ੍ਹਾ ਵਾ ਜ਼ਿਆਦਾ ਟਾਈਮ ਗੁਜ਼ਾਰਨ ਦਾ ਪੀਕੋਸ ਦੇ ਔਰੋਪਾ ਇਹਦੇ ਲਾਗੇ ਛਾਗੇ ਆਹ ਕਿੰਨੀ ਆ ਹੈ ਨਾ ਆਹ ਕਿਉਂਕਿ ਸੈਂਟਰਲ ਜਿਹਾ ਪਾਰਕ ਆ ਉਹਦੇ ਲਾਗੇ ਛਾਗੇ ਐਨ ਉਹਦੇ ਘੱਟ ਆ ਪਰ ਉਹਦੇ ਲਾਗੇ ਛਾਗੇ ਬਹੁਤ ਆ ਹੁਣ ਇਹਨਾਂ ਨੂੰ ਆਪਾਂ ਫਿਲਟਰ ਕਰ ਸਕਦੇ ਹਾਂ ਪਰ ਆਪਾਂ ਇੱਥੋਂ ਅਜੇ 200-300 ਕਿਲੋਮੀਟਰ ਦੂਰ ਆ ਅਤੇ ਆਪਾਂ ਅਰਾਊਂਡ ਮੀਂਹ 'ਤੇ ਚੱਲਦੇ ਹਾਂ ਅਰਾਊਂਡ ਮੀਂਹ ਆ ਗਿਆ ਬੁਰਗੋਸ ਇਹਦੇ ਵਿੱਚ ਹੁਣ ਆ ਗਈਆਂ ਇੱਥੇ ਆਪਾਂ ਫਿਲਟਰ ਵੀ ਕਰ ਸਕਦੇ ਹਾਂ ਦੇਖੋ ਫੋਰ ਐਗਜ਼ਾਮਪਲ ਜਿਨ੍ਹਾਂ ਦੀ ਰੇਟਿੰਗ 4+ ਹੋਵੇ ਅਤੇ ਇਹਦੇ ਵਿੱਚ ਆਪਾਂ ਵੀ ਆਪਾਂ ਨੂੰ ਫ੍ਰੀ ਮੋਟਰ ਹੋਮ ਏਰੀਆ ਹੀ ਚਾਹੀਦਾ ਜਾਂ ਆਪਾਂ ਈਵਨ ਪੇਡ ਵੀ ਆਪਾਂ ਯੂਜ਼ ਕਰ ਸਕਦੇ ਹਾਂ ਅਤੇ ਫ੍ਰੀ ਵੀ ਹੁੰਦੇ ਆ ਫ੍ਰੀ ਕਈ ਵਾਰੀ ਘੱਟ ਹੁੰਦੇ ਆ ਆਪਾਂ ਦੇਖ ਰਹੇ ਨੇ ਉੱਦਾਂ ਫ੍ਰੀ ਕਿੰਨੇ ਕੁ ਆਪਣੇ ਲਾਗੇ ਇੱਕ ਆ ਬਿਲਕੁਲ ਫ੍ਰੀ ਹੈਗਾ ਅਤੇ ਉਹਦੀ ਰੇਟਿੰਗ ਵੀ ਚੰਗੀ 142 ਜਣਿਆਂ ਰਿਵਿਊ ਦਿੱਤੇ ਆ 4.11 ਰੇਟਿੰਗ ਹੈ ਇਹਦੀ ਅਤੇ ਇਹ ਪਿੰਡ ਵਾਲਿਆਂ ਦਾ ਹੀ ਆ ਲੱਗਦਾ ਕਿਉਂਕਿ ਇੱਥੇ ਇੱਕ ਇਹ ਚੀਜ਼ ਹੁੰਦੀ ਆ ਕਿ ਹਰੇਕ ਉਹੋ ਜਿਹਾ ਪਿੰਡਾਂ ਨੇ ਆਪਣੇ ਬਣਾਏ ਹੁੰਦੇ ਆ ਵੇਖੋ ਲਿਖਿਆ ਨਾ ਬੁਰਗੋਸ ਮਿਊਨਿਸਿਪਲ ਏਰੀਆ ਅਤੇ 22 ਇੱਥੇ ਥਾਵਾਂ ਹੈਗੀਆਂ ਵਾ 22 ਲੋਕ ਇੱਥੇ ਪਾਰਕ ਕਰ ਸਕਦੇ ਆ
ਅਤੇ ਇੱਥੇ ਫੈਸਿਲਿਟੀਆਂ ਕਿਹੜੀ ਕਿਹੜੀਆਂ? ਤੁਸੀਂ ਪਾਣੀ ਭਰ ਸਕਦੇ ਹਾਂ, ਟੋਇਲਟਾਂ ਯੂਜ਼ ਕਰ ਸਕਦੇ ਹਾਂ, ਪਾਣੀ ਡੰਪ ਕਰ ਸਕਦੇ ਹਾਂ, ਖੇਡਣ ਵਾਸਤੇ ਹੈਗੀਆਂ ਵਾ, ਕੁੱਤਾ ਵਗੈਰਾ ਘੁਮਾਉਣ ਵਾਸਤੇ ਹੈਗੀਆਂ। ਆਪਾਂ ਕਰਦੇ ਹਾਂ ਐਨੀ ਕਰ ਦਿੰਦੇ ਹਾਂ। ਅਤੇ ਆਪਾਂ ਆਹ ਜਿਹੜੇ ਨਿਸ਼ਾਨ ਆ ਤੁਸੀਂ ਦੇਖ ਸਕਦੇ ਹਾਂ ਕੀ ਆ, ਪਿਕਨਿਕ ਏਰੀਆ, ਕੈਂਪਿੰਗ ਏਰੀਆ, ਕਿਹੜੇ ਏਰੀਏ ਸਰਾਊਂਡਡ ਬਾਏ ਨੇਚਰ। ਆਪਾਂ ਸਰਾਊਂਡਡ ਬਾਏ ਨੇਚਰ ਕਰਦੇ ਹਾਂ, ਇਹਦੇ ਲਾਗੇ ਛਾਗੇ ਕਿੱਥੇ ਜਾ ਕੇ ਆਉਂਦਾ? ਇੱਕ ਤਾਂ ਆ ਗਿਆ ਸਰਾਊਂਡਡ ਬਾਏ ਨੇਚਰ ਆਪਣੇ ਲਾਗੇ ਹੀ ਆ, ਇਹ ਆਈ ਥਿੰਕ ਇਹ ਜੰਗਲ ਜੁੰਗਲ ਦੇ ਮੁੱਢ ਜਿਹੀ ਆ ਸਟਾਰਟਿੰਗ ਜਿਹੀ, ਹੈ ਨਾ। ਅਤੇ ਹੈ ਵੀ ਸਕਰੀਨ ਪਾਰਲਰ, ਬਟ ਸਟੋਰ, ਸਰਸ ਦਾ ਬੈਂਕ, ਸਾਰਾ ਇਹ ਵੀ ਫ੍ਰੀ ਆ ਵੈਸੇ। ਅਤੇ ਆਪਾਂ ਹੋਰ ਦੇਖਦੇ ਹਾਂ, ਆਪਾਂ ਜਾਣਾ ਵਾ ਉੱਧਰ ਨੂੰ, ਉੱਪਰ ਵੱਲ ਨੂੰ, ਹੈ ਨਾ, ਇੱਧਰ ਨੂੰ। ਆਪਾਂ ਇਹੜੀ ਰਾਹ 'ਤੇ ਵੀ ਜਾ ਸਕਦੇ ਉੱਦਾਂ ਦੇ। ਆਪਾਂ ਇੱਕ ਹੋਰ ਕੰਮ ਕਰਦੇ ਹਾਂ, ਰੁਕਿਓ, ਤੁਹਾਨੂੰ ਵੀ ਗਾਂਹ ਤੋਂ ਗਾਂਹ ਫਿਰ ਇੱਥੇ ਯੂਜ਼ ਮਾਈ ਕਰੰਟ ਲੋਕੇਸ਼ਨ, ਇੱਥੇ ਆਪਾਂ ਭਰ ਲੈਂਦੇ ਹਾਂ ਪੀਕੋਸ ਦੇ ਅਰੋਪਾ ਵੀ। ਆਪਾਂ ਇੱਦਾਂ ਭਰਾਂਗੇ, ਆਪਣੀ ਡੈਸਟੀਨੇਸ਼ਨ ਭਰਾਂਗੇ, ਅਤੇ ਫਿਰ ਆਪਾਂ ਉਹ ਆਪਣਾ ਫਿਲਟਰ ਲਾ ਲਾਂਗੇ, ਆਪਾਂ ਉੱਧਰ ਨੂੰ ਹੋਰ ਜਾ ਸਕਦੇ ਹਾਂ। ਅਤੇ ਉਹਦੇ ਰਾਹ ਦੇ ਵਿੱਚ ਜਿਹੜੇ ਜਿਹੜੇ ਹੋਣਗੇ ਇਹ ਆਪਾਂ ਨੂੰ ਦੱਸ ਦੂਗਾ ਵੀ ਜਿਹੜੀਆਂ ਆਪਾਂ ਫਿਲਟਰ ਯੂਜ਼ ਕੀਤੇ। ਹੁਣ ਆਹ ਦੇਖੋ ਨਾ, ਹੁਣ ਆਪਣੇ ਰਾਹ ਦੇ ਵਿੱਚ ਜਾਣ ਲੱਗੇ ਹਾਂ, ਇੱਥੇ ਆਪਣੀ ਡੈਸਟੀਨੇਸ਼ਨ। ਉਹਦੇ ਵਿੱਚ ਜੇ ਆਪਾਂ ਸਰਾਊਂਡਡ ਬਾਏ ਨੇਚਰ ਵਾਲੇ ਥਾਵਾਂ 'ਤੇ ਰੁਕਣਾ ਵਾ, ਅਤੇ ਆਹ ਹੈਗੀਆਂ ਕਾਫੀ, ਆਹ ਇੱਕ ਨਹਿਰ ਦੇ ਕੰਢੇ 'ਚ ਹੈਗਾ, ਫੋਟੋਆਂ ਵਗੈਰਾ ਪਾਈਆਂ ਹੁੰਦੀਆਂ ਲੋਕਾਂ ਨੇ। ਇਹਦੇ ਵਿੱਚੋਂ ਤੁਸੀਂ ਕੋਈ ਵੀ ਸਰਚ ਕਰਕੇ ਦੇਖ ਸਕਦੇ ਹਾਂ। ਅਤੇ ਜੇ ਆਪਾਂ ਵੈਸੇ ਆਪਾਂ ਨੂੰ ਕੋਈ ਐਕਸਟਰਾ ਸਰਵਿਸਿਜ਼ ਚਾਹੀਦੀਆਂ, ਆਪਾਂ ਨੂੰ ਪਤਾ ਯਾਰ ਮੈਨੂੰ ਰਾਤ ਨੂੰ ਇਲੈਕਟ੍ਰੀਸਿਟੀ ਕਨੈਕਟ ਹੋ ਜਾਏ ਇਹਦੀ, ਜਾਂ ਮੈਨੂੰ ਪਬਲਿਕ ਟੋਇਲਟਸ ਵੀ ਮਿਲ ਜਾਣ, ਜਾਂ ਮੈਨੂੰ ਉੱਥੇ ਗੈਸ ਵੀ ਹੋਵੇ, ਵੱਟ ਐਵਰ ਤੁਸੀਂ ਇੱਥੋਂ ਚੀਜ਼ਾਂ, ਜਾਂ ਮੈਨੂੰ ਸ਼ਾਵਰ ਚਾਹੀਦੇ ਆ ਜਿੱਥੇ ਮੈਂ ਨਹਾ ਵੀ ਸਕਾਂ, ਸ਼ਾਵਰ ਪੋਸੀਬਲ ਐਕਸੈਸ, ਆਹ ਆਪਾਂ ਕਰਤਾ। ਹੁਣ ਆਹ ਆ ਗਈਆਂ, ਆਹ ਰਸਤੇ ਦੇ ਵਿੱਚ ਇੱਕ ਆਉਂਦਾ ਜਿਹੜਾ ਇਹ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦਾ ਆਪਣੀਆਂ, ਸ਼ਾਵਰ ਵਗੈਰਾ ਵੀ ਹੈਗੇ ਆ। ਅਤੇ ਐਮਸ ਪਰੋ ਪਰਾ ਦੋ ਵੇ ਸਹੀ ਸਿੰਪਰੇ ਤਿੰਨ ਲੱਖ ਦੂਜੇ ਪੁਰ ਤੇਰੇ ਪਰਸੋਨ ਆ। ਸੋ ਉਹਨਾਂ ਲਿਖਿਆ ਵੀ 3 ਯੂਰੋ ਪਰ ਪਰਸਨ ਆ ਵੀ ਜੇ ਇੱਥੇ ਕਿਸੇ ਨੇ ਸ਼ਾਵਰ ਲੈਣਾ ਵਾ, ਅਤੇ ਇੱਥੇ ਸ਼ਾਵਰ ਹੈਗੇ ਆ। ਸੋ ਬਾਕੀ ਹੋਰ ਵੀ ਆ ਰਸਤੇ ਦੇ ਵਿੱਚ ਜਾਂਦੇ ਹਾਂ ਉੱਪਰ, ਆਪਾਂ ਲਾਗੇ ਦਾ ਕਿਤੇ ਦੇਖਣਾ ਹੁਣ, ਸ਼ਾਵਰ ਆਪਣੇ ਲਈ ਇੰਪੋਰਟੈਂਟ ਨਹੀਂ ਹੈਗੇ, ਆਪਾਂ ਕੁਝ ਫਿਲਟਰ ਹਟਾ ਦਿੰਦੇ ਹਾਂ, ਇਲੈਕਟ੍ਰੀਸਿਟੀ ਵੀ ਹਟਾ ਦਿੰਦੇ ਹਾਂ ਆਪਾਂ ਇਹਦੇ ਵਿੱਚੋਂ, ਜਸਟ ਆਪਣਾ ਰਹਿਣ ਦਿੰਦੇ ਇੰਪੋਰਟੈਂਟ ਜਿਹਦੀ ਰੇਟਿੰਗ 4+ ਹੋਵੇ। ਆਪਾਂ ਉਸੇ ਰਾਹ 'ਤੇ ਹੀ ਰਸਤੇ ਦੇ ਵਿੱਚ ਰੁਕਦੇ ਹਾਂ ਕਿਤੇ, ਨੇਚਰ ਜਿਹੇ ਵਾਲੀ ਹੈਗੀ ਆ ਕੁਛ, ਦੈਨ ਐਮਾਜ਼ੋਨ ਦੇ ਆਉਣ ਲੱਗ ਪਏ, 3.92 ਰੇਟਿੰਗ ਇਹਦੀ, ਇੱਥੇ ਵੀ ਇੱਕ ਹੈਗਾ ਇਹਦੀ 5 ਰੇਟਿੰਗ, ਇੱਕ ਆ ਪਿੰਡੋਂ ਬਾਹਰ ਜਿਹਾ ਹੈਗਾ ਇਹਦੀ ਵੀ ਚੰਗੀ ਆ, ਕੁਆਇਟ ਪਲੇਸ ਅਵੇ ਫਰੋਮ ਟਾਊਨ, ਖਾਲੀ ਥਾਵਾਂ ਨਾ ਦੱਸਿਆ ਪਿੰਡ ਤੋਂ ਬਾਹਰ ਬਾਹਰ ਜੇ ਲੋਕਾਂ ਨੇ ਕਿਸੇ ਨੇ ਤ੍ਰੇਸ ਮੇਸਸ ਗਰਾਂਦੇ, ਓਕੇ ਈਵੀਨ ਕੋਲਕਾ ਤੋਂ ਬਾਖੂ ਨੂੰ ਗਰਾਂਦੇ ਚੋਪੋ ਪੰਤੋ ਦੇ ਆਊਗਾ ਪੋਤਾਵਲੇ ਵੀ, ਇਹਨਾਂ ਲਿਖਿਆ ਵਾ ਕਈ ਰਿਵਿਊ ਦਿੱਤੇ ਆ ਵੀ ਪਾਣੀ ਵੀ ਉੱਥੇ ਪੀਣ ਵਾਲਾ ਹੈਗਾ ਵਾ, ਅਤੇ ਉਹ ਹੀ ਕੁਆਇਟ ਆ ਵੀ ਜੇ ਕਿਸੇ ਨੂੰ ਉਹੋ ਜਿਹੀ ਜਗ੍ਹਾ ਪਸੰਦ ਆ ਨੈਚੁਰਲ। ਆ ਪਿੰਡ 'ਚ ਫਿਰ ਗਾਂਹ ਤੋਂ ਗਾਂਹ ਆਉਂਦੇ ਆ, ਆ ਪਿੰਡ ਵੀ ਕਿਸੇ 'ਚ ਫਿਰ ਹੈਗੀਆਂ ਪਿੰਡ ਵੱਲੋਂ, ਇੱਥੇ ਯਾਨੀ ਕਿ ਮਿਊਂਸੀਪੈਲਿਟੀ ਵੱਲੋਂ ਇਹੋ ਜਿਹੀਆਂ ਥਾਵਾਂ ਬਣਾਈਆਂ ਗਈਆਂ ਹੁੰਦੀਆਂ। ਹੁਣ ਮੈਂ ਅਜੇ ਡਿਸਾਈਡ ਕਰਨਾ ਵਾਂ, ਅਤੇ ਮੈਂ ਇੰਨਾ ਚਿਰ ਤੁਹਾਨੂੰ ਤੁਹਾਡਾ ਸਿਰ ਨਹੀਂ ਖਾਂਦਾ, ਅਤੇ ਅੱਗੇ ਆਪਾਂ ਹੁਣ ਪਹੁੰਚ ਕੇ ਕਰਦੇ ਹਾਂ, ਅਤੇ ਮੈਂ ਇੱਥੇ ਛਾਣ ਬੀਣ ਕਰਕੇ ਆਪਣਾ ਫਾਈਨਲ ਕਰਦਾ ਵਾਂ। ਅੱਜ 2 ਟੈਂਕੀਆਂ ਹੈਗੀ ਹੈ, ਅਤੇ ਕਿਲੋਮੀਟਰ ਆਈ ਥਿੰਕ 700 ਜਾਂ 750 ਕਿਲੋਮੀਟਰ ਚਲਾਈ ਹੋਣੀ ਆ, ਅਤੇ ਅਰਾਊਂਡ 180 ਯੂਰੋ ਦਾ ਤੇਲ, ਡੀਜ਼ਲ ਇੰਜਨ ਆ, ਅਤੇ ਉਹਦਾ ਸਾਈਨ ਜਿਹਾ ਦੇਣ ਡਿਆ ਹੁਣ ਐਡ ਬਲਿਊ ਦਾ, ਅਤੇ ਪਲੱਸ ਆਹ ਮੈਂ ਵੇਖੋ ਕੈਨੇਡਾ ਗਿਆ ਤਾਂ ਪਹਿਲਾਂ ਕਦੇ ਧਿਆਨ ਨਹੀਂ ਦੇਈਦਾ ਵੀ ਆਹ ਡਬਲ ਜੇ ਟਰਾਲੇ ਜੇ ਇੱਥੇ, ਮੈਨੂੰ ਲੱਗਦਾ ਕਦੇ ਨੋਟ ਹੀ ਨਹੀਂ ਕੀਤੇ, ਸੋ ਹੁਣ ਪਹਿਲੀ ਵਾਰ ਇੱਥੇ ਵੀ ਧਿਆਨ ਜਿਹਾ ਦਿੱਤਾ, ਪਰ ਇਹ ਆਈ ਥਿੰਕ ਉਡੇ ਲੰਮੇ ਨਹੀਂ ਹੈਗੇ, ਬਾਕੀ ਪਤਾ ਨਹੀਂ। ਆਹ ਪੰਗਾ ਆ ਚੱਲ, ਐਸ ਵਾਲਾ ਉੱਥੇ ਸਾਈਨ ਦੇਈ ਜਾਂਦਾ ਸੀ, ਹੁਣ ਪੈ ਨਹੀਂ ਡਿਆ। ਪਹੁੰਚ ਗਏ ਆਪਾਂ ਉੱਥੋਂ ਪੈਟਰੋਲ ਪੰਪ ਤੋਂ, ਕੋਈ 80 ਕਿਲੋਮੀਟਰ ਸੀ,
ਪਿੰਡ ਦਾ ਨਾਂ ਹੈਗਾ ਰੇਰਾ ਦੇ ਪਿਸੋਇਰ ਗਾ ਕੁਝ ਕੁ ਇੱਕ ਦੋ ਘਰ ਆਵਾਂ ਨਾ ਦੋ ਇੱਧਰ ਅਤੇ ਮੇਰੇ ਨਾਲ ਦੋ ਅੱਗੇ ਖਲੋਤੀਆਂ ਪੰਜਵੇਂ ਕਾਪਾ ਵਾਂ ਅਤੇ ਇੱਥੇ ਫੈਸਿਲਿਟੀਆਂ ਆਈ ਥਿੰਕ ਉਦੋਂ ਦੱਸਿਆ ਤਾਂ ਹੈਗਾ ਪਬਲਿਕ ਟੋਇਲਟਾਂ ਵਗੈਰਾ ਪਰ ਸ਼ਾਇਦ ਕਿਤੇ ਹੋਰ ਹੋਣਗੀਆਂ ਸਾਈਡ 'ਤੇ ਜਾ ਕੇ ਅਤੇ ਇੱਦਾਂ ਇੱਥੇ ਰਹਿਣਾ ਨਹੀਂ ਸਵੇਰੇ ਉੱਠ ਕੇ ਦੇਖਦੇ ਹਾਂ ਕਿੱਦਾਂ ਦਾ ਪਿੰਡ ਹੈ ਅਤੇ ਛੋਟਾ ਜਿਹਾ ਹੀ ਹੈ ਬਿਲਕੁਲ ਅਤੇ ਕੱਲ੍ਹ ਨੂੰ ਆਪਾਂ ਚਾਲੇ ਪਾ ਦੇਣੇ ਹਾਂ ਉੱਧਰ ਪੀਕੋਸ ਦੇ ਔਰੋਪਾ ਵੱਲ ਸੋ ਇੱਥੋਂ ਇੰਨਾ ਹੀ ਸਮਾਚਾਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵਾਸਤੇ ਰਹੋ ਖੁਸ਼ ਰਹੋ।